ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਫਿਰ ਇੱਕ ਤੋਹਫ਼ਾ ਲੋਕਾਂ ਨੂੰ ਦਿੱਤਾ ਗਿਆ ਹੈ। ਵੰਦੇ ਭਾਰਤ ਇੱਕ ਹੋਰ ਟ੍ਰੇਨ ਚਲਾ ਦਿੱਤੀ ਗਈ ਹੈ ਜਿਹੜੀ ਕਿ ਦਿੱਲੀ ਤੋਂ ਅੰਮ੍ਰਿਤਸਰ ਜਾਊਗੀ ਔਰ ਅੰਮ੍ਰਿਤਸਰ ਤੋਂ ਦਿੱਲੀ। ਔਰ ਅੱਜ ਸਵੇਰੇ ਪਹਿਲੀ ਟ੍ਰੇਨ ਜਿਹੜੀ ਹੈ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚ ਚੁੱਕੀ ਹੈ। ਸਭ ਤੋਂ ਪਹਿਲਾਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਵੰਦੇ ਭਾਰਤ ਜਿਹੜੀ ਹੈ ਉਹ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚ ਚੁੱਕੀ ਹੈ। ਸਵਾਗਤ ਵਾਸਤੇ ਤਮਾਮ ਲੋਕ ਜਿਹੜੇ ਬੀਜੇਪੀ ਕਾਰਿਆਕਰਤਾ ਹੈਗੇ ਇੱਥੇ ਪਹੁੰਚੇ ਹੋਏ ਨੇ ਔਰ ਵੱਡੇ ਪੱਧਰ 'ਤੇ ਇਸ ਟ੍ਰੇਨ ਦਾ ਸਵਾਗਤ ਕੀਤਾ ਜਾ ਰਿਹਾ ਹੈ। ਵੰਦੇ ਭਾਰਤ ਜਿਹੜੀ ਕਿ ਅੰਮ੍ਰਿਤਸਰ ਤੋਂ ਦਿੱਲੀ ਚਲਾਈ ਗਈ ਹੈ ਉਸਦਾ ਸਵਾਗਤ ਕਰਨ ਵਾਸਤੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਹੈਗੇ ਨੇ ਬੀਜੇਪੀ ਕਾਰਿਆਕਰਤਾ ਜਿਹੜੇ ਹੈਗੇ ਨੇ ਉਹ ਇੱਥੇ ਮੌਜੂਦ ਨੇ। ਤੁਸੀਂ ਦੇਖ ਸਕਦੇ ਹੋ ਇੱਕ ਨਵਾਂ ਸ਼ੁਰੂਆਤ ਦਿੱਲੀ ਤੋਂ ਅੰਮ੍ਰਿਤਸਰ ਵਾਸਤੇ। ਸ਼ਤਾਬਦੀ ਟ੍ਰੇਨ ਪਹਿਲਾਂ ਚਲਦੀ ਹੁੰਦੀ ਸੀ ਉਸਦੇ ਨਾਲ ਨਾਲ ਹੁਣ 5 ਘੰਟੇ 20 ਮਿੰਟ ਦੇ ਵਿੱਚ ਪਹੁੰਚਾਉਣ ਵਾਲੀ ਦੂਸਰੀ ਟ੍ਰੇਨ ਜਿਹੜੀ ਹੈਗੀ ਹੈ ਉਹ ਵੀ ਸ਼ੁਰੂਆਤ ਹੋ ਚੁੱਕੀ ਹੈ ਵੰਦੇ ਭਾਰਤ ਦੀ। ਦੇਖ ਸਕਦੇ ਹੋ ਕਿ ਵੰਦੇ ਭਾਰਤ ਦੇ ਜਿਹੜੇ ਡਰਾਈਵਰ ਹੈਗੇ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਬੀਜੇਪੀ ਤਮਾਮ ਕਾਰਿਆਕਰਤਾ ਮੀਡੀਆ ਕਰਮੀ ਤਮਾਮ ਹਜੂਮ ਇੱਕ ਦੇਖਣ ਨੂੰ ਮਿਲ ਪਾ ਰਿਹਾ ਹੈ। ਔਰ ਵੰਦੇ ਭਾਰਤ ਟ੍ਰੇਨ ਜਿਹੜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਸ਼ੁਰੂਆਤ ਕੀਤੀ ਗਈ ਹੈ। ਕੇਂਦਰੀ ਮੰਤਰੀ ਸੋਮਨਾਥ ਜਿਹੜੇ ਹੈਗੇ ਨੇ ਉਹ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਨੇ। ਜ਼ਿਲ੍ਹਾ ਪ੍ਰਧਾਨ ਜਿਹੜੇ ਹੈਗੇ ਨੇ ਮੇਰੇ ਰਜਨੀਸ਼ ਜੀ ਮੇਰੇ ਨਾਲ ਮੌਜੂਦ ਨੇ। ਸਰ ਕੀ ਕਹਿਣਾ ਚਾਹੋਗੇ? ਦੇਖੋ ਅੱਜ ਸਾਡੇ ਦੇਸ਼ ਨੂੰ ਨਾਇਬ ਤੋਹਫ਼ਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ। 6 ਬੰਦੇ ਭਾਰਤ ਟ੍ਰੇਨਾਂ ਜਿਹੜੀਆਂ ਅਲੱਗ ਅਲੱਗ ਹਿੱਸੇ ਸ਼ੁਰੂ ਹੋ ਕੇ ਚੱਲ ਰਹੀਆਂ ਨੇ ਉਹਨਾਂ 'ਚੋਂ ਇੱਕ ਟ੍ਰੇਨ 2 ਟ੍ਰੇਨਾਂ ਲੁਧਿਆਣੇ 'ਚੋਂ ਨਿਕਲਣੀਆਂ ਜਿਹੜੀ ਕਟੜਾ ਤੋਂ ਔਰ ਅੰਮ੍ਰਿਤਸਰ ਤੋਂ ਚੱਲ ਕੇ। ਲੁਧਿਆਣਾ ਦੀ ਜਨਤਾ ਨੇ ਤਾਂ ਬਹੁਤ ਵਧਾਈ ਦੇ ਪਾਤਰ ਨੇ ਕਿਉਂਕਿ ਲੁਧਿਆਣੇ ਦੀ ਬਹੁਤ ਵੱਡੀ ਡਿਮਾਂਡ ਸੀ ਉਹ ਅੱਜ ਪੂਰੀ ਹੋਣ ਜਾ ਰਹੀ ਹੈ ਘੱਟ ਸਮੇਂ 'ਚ ਔਰ ਵਧੀਆ ਵਾਤਾਵਰਨ 'ਚ ਅਸੀਂ ਸਫ਼ਰ ਕਰਨ ਦਾ ਸਾਨੂੰ ਮੌਕਾ ਕਹਿ ਸਕਦੇ ਹਾਂ ਕਿ ਹੁਣ ਭਾਰਤ ਕਿਸੇ ਤੋਂ ਘੱਟ ਨਹੀਂ। ਜਿਹੜਾ ਇਹ ਬਦਲਦੇ ਭਾਰਤ ਦੀ ਤਸਵੀਰ ਸਾਹਮਣੇ ਆ ਰਹੀ ਆ ਇਹ ਸਾਡਾ ਸੁਪਨਾ ਸੀ। ਅਸੀਂ ਦੇਖਦੇ ਸੀਗੇ ਅਸੀਂ ਵਧੀਆ ਟ੍ਰੇਨ ਹੋਵੇ ਸਾਡਾ ਸਟੇਸ਼ਨ ਵਧੀਆ ਹੋਵੇ। ਤੁਹਾਨੂੰ ਜਿਵੇਂ ਪਤਾ ਲੁਧਿਆਣੇ ਦਾ ਸਟੇਸ਼ਨ 573 ਕਰੋੜ ਦੇ ਨਾਲ ਵਰਲਡ ਕਲਾਸ ਦਾ ਬਣਨ ਜਾ ਰਿਹਾ। ਇਸੇ ਢੰਗ ਦੇ ਨਾਲ ਅੱਜ ਵਰਲਡ ਕਲਾਸ ਦੀਆਂ ਟ੍ਰੇਨਸ ਔਰ ਹਾਈ ਸਪੀਡ ਟ੍ਰੇਨ ਸਾਡੇ ਕੋਲ ਆ ਰਹੀਆਂ ਨੇ ਇਹ ਸਭ ਮੋਦੀ ਜੀ ਦੀ ਦੇਣ ਆ ਔਰ ਬਦਲਦੇ ਭਾਰਤ ਦੀ ਤਸਵੀਰ ਆ। ਥੈਂਕ ਯੂ, ਧੰਨਵਾਦ। ਬਿਲਕੁਲ ਧੰਨਵਾਦ ਮੋਦੀ ਜੀ ਦਾ। ਤਮਾਮ ਕਾਰਿਆਕਰਤਾ ਕਰ ਰਹੇ ਨੇ ਮੇਰੇ ਨਾਲ ਜਿਹੜੇ ਇਸ ਟ੍ਰੇਨ ਦੇ ਸਰ ਕਿਆ ਕਹਿੰਦੇ ਅਭੀ ਸਟੋਪੇਜ ਕੋਈ ਡਿਸਾਈਡ ਨਹੀਂ ਹੈ। ਜਲੰਧਰ ਕੈਂਟ ਹੈ, ਲੁਧਿਆਣਾ ਔਰ ਅੰਬਾਲਾ। ਠੀਕ ਹੈ, ਕਦ ਚਲੇਗੀ? ਰੈਗੂਲਰ ਚਲੇਗੀ? 6 ਕੋ 6 ਕੋ ਪ੍ਰੋਪਰ ਚਲੇਗੀ। ਰੈਗੂਲਰ ਪੂਰੇ ਵੀਕ ਚਲੇਗੀ? ਹਾਂ, ਪੂਰੇ ਇੱਕ ਦਿਨ ਸੰਡੇ ਸਵੇਰ 8:05 ਕਿ ਚਲੇਗੀ ਅੰਮ੍ਰਿਤਸਰ ਸੇ ਔਰ 13 ਵਜੇ ਪਹੁੰਚੇਗੀ ਵਹਾਂ ਪੇ। ਕਿਤਨੇ ਸਟੋਪੇ ਟੋਟਲ ਸਟੇਟ ਕਰੇਗੀ? 3 3 3 ਕੌਣ ਕੌਣ ਸੇ? ਆਪਣਾ ਜਲੰਧਰ, ਲੁਧਿਆਣਾ ਔਰ ਅੰਬਾਲਾ। ਕਿਤਨੀ ਕਿਤਨੀ ਦੇਰ ਰੁਕੇਗੀ ਟ੍ਰੇਨ? 5-5 ਮਿੰਟ 5-5 ਮਿੰਟ ਰੁਕੇਗੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਸ਼ਤਾਬਦੀ ਤੋਂ ਬਾਅਦ ਹੁਣ ਵੰਦੇ ਭਾਰਤ ਜਿਹੜੀ ਟ੍ਰੇਨ ਹੈ ਉਹ ਲੁਧਿਆਣਾ ਨੂੰ ਇੱਕ ਵੱਡੀ ਸੌਗਾਤ, ਭਾਰਤ ਵਾਸੀਆਂ ਨੂੰ ਇੱਕ ਵੱਡੀ ਸੌਗਾਤ ਔਰ ਸੌਗਾਤ ਉਹਨਾਂ ਲੋਕਾਂ ਨੂੰ ਜਿਹੜੇ ਰੋਜ਼ਾਨਾ ਇਹਨਾਂ ਟ੍ਰੇਨਾਂ 'ਚ ਸਫ਼ਰ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਇੱਕ ਹੋਰ ਸੌਗਾਤ ਵੰਦੇ ਭਾਰਤ ਜਿਹੜੀ ਕਿ ਦਿੱਲੀ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਦਿੱਲੀ ਟ੍ਰੇਨ ਚੱਲਣੀ ਸ਼ੁਰੂ ਕੀਤੀ ਗਈ ਹੈ। ਮੇਰੇ ਨਾਲ ਰਾਸ਼ੀ ਅਗਰਵਾਲ ਹੈਗੇ ਨੇ, ਮੈਮ ਕੀ ਕਹਿਣਾ ਚਾਹੂੰਗੀ? ਇਹ ਸ਼ੰਖਨਾਦ ਆਪਨੇ ਸੁਣਾ, ਇਸਕਾ ਜੈ ਘੋਸ਼ ਸੁਣਾ, ਇਹ ਵਿਕਸਿਤ ਭਾਰਤ ਸੰਕਲਪ ਯਾਤਰਾ ਕਾ ਇਹ ਸਾਕਸ਼ ਹੈ ਜੋ ਪ੍ਰਧਾਨ ਮੰਤਰੀ ਮੋਦੀ ਜੀ ਸਿਰਫ ਕਥਨੀ ਔਰ ਕਰਨੀ ਮੇਂ ਫਰਕ ਵਾਲੇ ਨੇਤਾ ਨਹੀਂ ਹੈ,
वरन गारंटी, ये मोदी की गारंटी है जो भारत के प्रत्येक नागरिक के लिए, छोटे से लेकर उच्च स्तर के लोगों के लिए ये वातानुकूलित। ये आपने यदि वायुयान की यदि किसी का स्वप्न रहा होगा वो इन रेल यात्रा वंदे भारत के माध्यम से वे हर प्रकार की सुख सुविधा को पूरा इंजॉय करता हुआ भारत के नवीन उद्भव को ये यहाँ से देख सकता है। जी बिल्कुल, तुम देख सकते हो कि साफ तौर पे कि एक सपना जे अगर तुम ट्रेन च सफ़र करना और जहाज़ का मज़ा लेना चाहते हो तो वंदे भारत एक ऐसी ट्रेन है जिहड़ी शुरू हो चुकी है दिल्ली तो अमृतसर, अमृतसर तो दिल्ली, और इसका सफ़र एक सुहाना सफ़र जिहड़ा कि हर यात्री हुण ले सकता वै। लुधियाना दे रेलवे स्टेशन ते पहुंची सी और तमाम कार्यकर्ता ने इसका स्वागत किया। लुधियाना तो रोहित गौड़, न्यूज़ 18।